ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਟੋਪ ਦੀਆਂ 3 ਗਾਵਾਂ ਸਿਹਤ ਲਈ ਲੈ ਕੇ ਆਏ ਜੀ, ਪਿੰਡ ਸੈਦੋਕਿਆਂ ਤੋਂ ਵੀਡੀਓ ਬਣਾ ਰਹੇ ਹਾਂ। ਪੁੱਛ ਲੈਂਦੇ ਬਾਈ ਤੋਂ ਡੇਅਰ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਹੋ? ਵਧੀਆ, ਬਹੁਤ ਵਧੀਆ ਡਾਕਟਰ। ਨਾਮ ਅਤੇ ਐਡਰੈਸ ਬੋਲ। ਨਾਮ ਮੇਰੇ ਅਰਸ਼ਦੀਪ ਆ, ਉਹ ਪਿੰਡ 'ਚ ਬਾਈ ਦੀਪਾ ਪੰਡਿਤ ਕਹਿੰਦੇ ਆ ਬਾਈ। ਪਿੰਡ ਬਾਈ ਸੈਦੋਕਿਆਂ, ਤਹਿਸੀਲ ਬਾਈ ਨਿਹਾਲ ਸਿੰਘ, ਕਲਾ ਜ਼ਿਲ੍ਹਾ ਮੇਰੇ ਮੋਗਾ। ਨੇੜੇ ਪਿੰਡ ਬਾਈ? ਨੇੜੇ ਮੇਰੇ ਭਾਗੀ ਰਹਿ ਗਏ, ਭਾਗੀ ਵਾਲ ਗਈ ਸੜਕ ਦੇ ਵਾਰ ਵਾਰ ਕੀਤਾ ਜੀ ਆਪਣਾ ਘਰ ਆ, ਉਧਰੋਂ ਅਲਖੜੇ ਰਹਿ ਗਏ, ਪਧੌੜ ਰਹਿ ਗਏ। ਮੋਬਾਈਲ ਨੰਬਰ ਬੋਲ। 88476-1774। ਠੀਕ ਆ ਭਾਈ, ਪਹਿਲੇ ਨੰਬਰ ਤੋਂ ਇਧਰੋਂ ਲੱਗ ਗਿਆ। ਕਿਹੜਾ ਸੂਆ ਸੁਣਦੀ ਹੈ ਬੈਠ ਡਾਕਟਰ ਵੀਰੇ? ਕਹਿਣ ਨੂੰ ਇਹ ਦੂਜਾ ਸੂਆ ਕਹਿ ਲਾ, ਤੀਜੇ ਸੂਏ ਐਤਕੀ ਸੂਗੀ। ਫੇਸ ਕੁਆਲਿਟੀ ਮੱਛੀ ਦੀ ਬਹੁਤ ਚੰਗੀ ਹੈ, ਬੜੀ ਪਿਆਰੀ ਹੈ, ਹਨਾ। ਠੀਕ ਆ, ਇੱਕ ਮੈਂ ਵੀਡੀਓ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਵੀ ਧਿਆਨ ਨਾਲ ਬੰਦਾ ਵੀਡੀਓ ਦੇਖਿਆ ਕਰੇ। ਵੀਡੀਓ ਤਿੰਨੇ ਜਾਨਵਰ ਵੀਰੇ ਪੂਰੇ ਜਾਣ ਪਾਣ ਵਾਲੇ ਹੋਣਗੇ, ਠੰਡੇ ਸੀਸ ਨਾਲ ਹੋਣਗੇ, ਥਣਾ ਲੇਵੇ ਵਾਲੇ ਹੋਣਗੇ। ਠੀਕ ਹੈ ਜੀ, ਠੀਕ ਹੈ ਨਾ। ਗੱਲ ਵੀਡੀਓ ਦੇਖ ਕੇ ਫੇਰ ਸਾਡੇ ਨਾਲ ਗੱਲ ਕਰਿਆ ਕਰੋ ਯਾਰ, ਸਵਾਦ ਨਹੀਂ ਆਉਂਦਾ ਯਾਰ ਕੰਮ ਕਰਨ ਦਾ। ਠੀਕ ਹੈ, ਹਾਂਜੀ ਬਾਈ। ਤੇ ਵੀਰੇ ਤੀਜੇ ਸੂਏ ਐਤਕੀ ਸੂਗੀ, ਦਿਨ ਵੀਰੇ ਪਰਸੋਂ ਇਹਦੇ ਪੂਰੇ ਹੁੰਦੇ ਆ। ਓਕੇ, ਝੋਲੀ ਝਾਲੀ ਬੈਠਦੀ ਬਹੁਤ ਚੰਗੀ ਆ, ਜਾਣ ਪ੍ਰਾਣ ਨੈਟ ਸਕੋਰ ਵਗੈਰਾ ਬੱਚੀ ਦਾ ਬਹੁਤ ਪਿਆਰਾ। ਹਾਂਜੀ, ਲੈ ਜੂ ਦੋ ਕਿਨੇ। ਹਾਂ ਵੀਰੇ ਲੈ ਵੀ ਸਕਦੀ ਆ, ਠੀਕ ਆ। ਬਾਕੀ ਇਹ ਢਿੱਲਾ ਢੁੱਲਾ ਪਈਆਂ, ਉਹ ਤਿਆਰੀ ਵੀ ਬੱਚੀ ਦੀ ਹੋਗੀ। ਆਰਡਰ ਦੀ ਕੁਆਲਿਟੀ ਆ ਜਿਹੜੀ ਬਾਈ, ਠੰਡੀ ਠੰਡੀ ਦੇ ਦੁੱਖ ਮੁੱਕੇ ਪਏ ਆ। ਦੇਖੋ ਪਹਿਲਾਂ ਜਿੰਨਾ ਮਰਜ਼ੀ ਰੋਕ ਭਾਰ ਲਾ ਬਾਈ, ਢਿੱਲ ਢੁੱਲ ਬਹੁਤ ਪਈ ਆ, ਸਾਰੀਆਂ ਬਾਲਟਰ ਲੱਗ ਗਏ। ਥਣ ਬੜਾ ਚੰਗਾ ਯਾਰ, ਮੁੱਕੀ ਵਾਲਾ ਥਣ, ਇੱਕ ਨੰਬਰ ਥਣ ਹੋ ਬਾਈ। ਥਣ ਨਿਕਲ ਮੇ ਪੂਰੇ ਗਿਆ, ਨਾੜਾਂ ਨੂੜਾਂ ਹੀ ਫੁੱਲ ਚੰਗੀਆਂ, ਬਹੁਤ ਚੰਗੀ ਵੈੜ ਆ ਬਾਈ, ਕੱਦ ਘਾਟ ਵਾਲੀ ਆ, ਬੇਲ ਬੂਲ ਬਹੁਤ ਚੰਗੀ ਆ ਬੱਚੀ ਦੀ। ਠੀਕ ਆ, ਠੀਕ ਆ ਨਾ। ਦੁੱਧ ਵੀ ਬਾਈ ਯਕੀਨ ਮੰਨੀ ਜਿਹੜੇ ਬੰਦਿਆਂ ਤੋਂ ਲਈ ਆ, ਖਰਾ ਬੱਚੀ ਨੇ ਬਾਈ 22-23 ਕਿਲੋ ਦੁੱਧ ਪਾਇਆ ਵਿਆ। ਅੱਛਾ, ਹਾਂ, ਠੀਕ ਆ। ਤਿਆਰੀ ਤੂਰੀ ਬੈਠ ਨੇ ਬਹੁਤ ਸੋਹਣੀ ਕੀਤੀ ਆ, ਚਾਲ ਚੂਲ ਵੱਛੀ ਦੀ ਬਹੁਤ ਚੰਗੀ ਆ, ਸਹੀ ਗੱਲ, ਘੋੜੇ ਵਰਗੀ ਆ, ਕਮਾਲ ਦਾ, ਪੈਰਾਂ ਪੂਰਾਂ ਦੀ ਸ਼ੁੱਧ ਆ ਬਾਈ। ਠੀਕ ਆ, ਕੱਦ ਘਾਟ ਵਾਲੀ, ਕੋਈ ਛੋਟੀ ਨਹੀਂ ਹੋਊਗੀ। ਵੀ ਇੱਥੇ ਆ ਕੇ ਅਗਲਾ ਕਹਿੰਦਾ ਵੀਡੀਓ ਤੇ ਵੱਡੀ ਲੱਗੀ ਬਾਈ, ਅਗੇ ਇੱਥੇ ਛੋਟੀ। ਇੱਥੇ ਬਾਈ ਇਕੱਲੇ ਥਣਾਂ ਦੇ ਜ਼ਿੰਮੇਵਾਰ ਹੋਵਾਂਗੇ, ਥਣ ਟਿੱਪੋ ਨੁਕਸਾਂ ਦੀ ਜ਼ਿੰਮੇਵਾਰ ਆ। ਠੀਕ ਆ, ਬਿਨਾਂ ਨੁਕਸ ਤੋਂ ਅਸੀਂ ਬਾਈ ਉਹ ਕੰਮ ਨਹੀਂ ਕਰਨੇ। ਠੀਕ ਆ ਜੀ, ਹਾਂ, ਤੋਰਾ ਤਾਰਾ ਦਿਖਾ ਦੇ ਬੈਠਦਾ ਬਾਈ, ਕਮਾਲ ਦਾ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਚੱਕੀ ਦਾ ਬੈਠ, ਸਨੱਕੀ ਆ ਬਾਈ, ਫੇਸ ਵੀ ਕਰਮ ਵਾਲੀ ਦਾ ਬੜਾ, ਬਹੁਤ ਚੰਗੀ ਬੈਠ ਆ ਬਾਈ ਯਾਰ। ਹੁਣ ਗਰਮੀ ਚ ਚੱਲਣ ਵਾਲਾ ਸੌਦਾ ਵੀਰੇ ਯਾਰ, ਸਹੀ ਗੱਲ ਆ, ਠੀਕ ਆ ਨਾ। ਗੱਲ ਸਾਇਲੈਂਟ ਪੇਪਰ ਆ ਬਾਈ, ਜਿਵੇਂ ਮਰਜ਼ੀ ਬੈਠ ਨੂੰ ਉਹ ਕਰੀ ਚੱਲ, ਠੰਡੀ ਸੀਲ ਦੇ ਅੰਤ ਮੁੱਕੇ ਬੜਾ, ਜੇ ਮਰਜ਼ੀ ਖੜਾ ਖੜੂ ਲਾ ਯਾਰ, ਐ ਬਈਆ ਵੀਰੇ ਯਾਰ, ਕੋਈ ਚੱਕਰ ਹੀ ਨਹੀਂ, ਗੱਬਣ ਦੇ ਹੱਥ ਮਾਰੀ ਚੱਲ, ਆਪਣਾ ਜਿਹੜਾ ਪਸ਼ੂ ਮਰਜ਼ੀ ਲੈ ਲਈ ਵੀਰੇ, ਠੰਡਾ ਹੀ ਨਿਕਲੂਗਾ ਯਾਰ। ਠੀਕ ਆ ਨਾ, ਘੋੜੀ ਵਰਗੀ ਵੱਛੀ ਆ। ਮੁੱਲ ਡਾਕਟਰ ਇਹ ਜਿਹੇ ਨਮੂਨੇ ਵਾਲਾ ਕਰਮ ਦਾ ਯਾਰ, ਜਿੰਨਾ ਮਰਜ਼ੀ ਕਰਾ ਲਾ, 80 ਕਰਾ ਲਾ, 85 ਕਰਾ ਲਾ, ਠੀਕ ਆ, 75,000 ਰੁਪਇਆ ਵੀਰੇ ਲੈਣਾ ਹੋਊਗਾ। ਉਹਦੇ ਵਿੱਚੋਂ ਬਸ ਮਾਣ ਤਾਂ ਨਹੀਂ ਹੋਊਗਾ, ਬਾਹਲੀ ਲੰਮੀ ਚੌੜੀ ਗੇਮ ਨਹੀਂ ਹੋਣੀ। ਠੀਕ ਆ, ਠੀਕ ਆ ਨਾ। ਗੱਲ ਜੇ ਬੰਦਾ ਕਹਿੰਦਾ ਕੋਈ ਬੰਦਾ 60-65,000 ਦੀ ਬੰਦਾ ਬਾਈ ਬੈਠ ਦੇ ਦੂਗਾ, ਇਹ ਕੰਮ ਨਹੀਂ ਵੀਰੇ ਹੋਣਾ। ਠੀਕ ਆ, ਠੀਕ ਆ ਨਾ। ਗੱਲ ਜਾਣ ਵਾਲੀ ਵੱਛੀ ਆ, ਖਰਾ 22-23 ਕਿਲੋ ਦੁੱਧ ਪਾਊਗੀ, 20 ਤੋਂ ਟੁੱਟ ਦੂਗੀ ਨਹੀਂ ਭਾਗਾਂ ਵਾਲੀ। ਠੀਕ ਆ, ਆਰਡਰ ਪੰਡਾ ਲਾ ਦੂ ਬਾਈ, ਲੱਟ ਲੱਟ ਸੂਗੀ ਜਿੱਦਣ ਸੂਈ। ਸਹੀ ਗੱਲ, ਅੱਗੇ ਵੀਰੇ ਦੋ ਨੰਬਰ, ਇਹ ਵੀ ਵੀਰੇ ਕਹਿਣ ਨੂੰ ਬਾਈ ਮੇਰਾ ਦੂਜਾ ਸੂਆ ਕਹਿ ਲਾ, ਤੀਜੇ ਸੂਏ ਸੂਗੀ, ਫੋਲਰ ਘਾੜ ਆ ਬੱਚੀ ਦਾ, ਖਰਾ 26 ਕਿਲੋ ਦੁੱਧ ਪਾਇਆ ਬੈਠਦਾ। ਠੀਕ ਆ, ਭਾਂਡਾ 28-30 ਕਿਲੋ ਕਹਿ ਕੇ ਫੁੱਲਾਂ ਦੀ ਵੇਚ ਲਾ ਬਾਈ। ਠੀਕ ਆ ਨਾ, ਇਹੋ ਜਿਹਾ ਬਾਈ ਸਰੀਰ, ਇਹੋ ਜਿਹਾ ਬਾਈ ਲੇਵਾ, ਕਿਸੇ ਅੱਜ ਕੱਲ ਹਰੇਕ ਵੈਡ ਨੂੰ ਨਹੀਂ ਲੱਗਦਾ ਬਾਈ। ਸਹੀ ਗੱਲ, ਠੀਕ ਆ। ਜਿਹੋ ਜਿਹੇ ਮੂਹਰੇ ਥਾਣਾ ਉਹੋ ਜਿਹੇ ਮਗਰਾ ਫਿਟਿੰਗ ਦੇਖ ਬਾਈ, ਬੱਚੀ ਦੀ ਲੇਵਾ ਦੀ ਆ, ਬਹੁਤ ਪਿਆਰਾ ਬਾਈ, ਬੱਚੀ ਨੂੰ ਆਰਡਰ ਲੱਗਾ ਹੋਇਆ, ਸਾਰੀਆਂ ਬਾਲਟਨ ਲੱਗ ਕੇ, ਮੈਂ ਕਹਿੰਦਾ ਕੈਮਰੇ ਕੁਮਰੇ ਤੇ ਜਗਦੀ ਹੈ ਹਿੱਲਣਾ ਨੇ ਤਾਂ ਬਾਈ ਯਾਰ, ਕੋਈ ਚੱਕਰ ਹੀ ਨਹੀਂਗਾ ਬੈਡ ਨੂੰ। ਠੀਕ ਆ ਨਾ ਗੱਲ, ਫੇਸ ਕੁਆਲਿਟੀ ਵੀ ਬੱਚੀ ਦੀ ਬਹੁਤ ਚੰਗੀ, ਕੋਈ ਨਹੀਂ ਖੋਲ ਦੋ ਨਾਲੇ ਤੋੜ ਦਿੰਦੇ ਨਾ ਚੀਜ਼ ਦਿਖਾਣੇ।
ਲੇਵਾ ਬਾਈ ਬਾਲਾ ਚੰਗਾ ਬਾਈ, ਅੱਜ ਇਹਦੇ ਦਿਨ ਪੂਰੇ ਹੋ ਗਏ, ਸੂਬੇ ਅੱਜ ਹੱਥਾਂ ਨੂੰ ਸੂਬੇ, ਸੂਬੇ ਕੱਲ ਨੂੰ ਸੂਬੇ, ਅੱਜ ਪੂਰੇ ਦਿਨ ਪ੍ਰੋਪਰਲੀ ਦਿਨ ਬੈਠ ਨੇ ਪੂਰੇ ਕਰ ਲਿਆ, ਕੱਦ ਕਾਰਡ ਜਾਣ ਪ੍ਰਾਣ ਲੇਵੇ ਵਾਲੇ ਤਾਂ ਦੁੱਖੜੇ ਹੀ ਮੰਗਾ ਦੇ ਭਾਗਾ ਨੀ, ਸਹੀ ਗੱਲ ਆ ਬਾਈ, ਠੀਕ ਹੈ ਨਾ ਗੱਲ, ਇੰਨੀ ਚੰਗੀ ਵਹਿੜ ਆ, ਜਿੰਨਾ ਵੀ ਜਿੰਨੀ ਵੀ ਤਾਰੀਫ ਕਰ ਲੈ ਵੀਰੇ ਉਨੀ ਥੋੜੀ ਉਨੀ ਥੋੜੀ ਆ, ਹਨਾ ਸੋਨੇ ਨੂੰ ਬਾਈ ਕਦਰ ਹੁੰਦੀ ਆ, ਸੁਨਿਆਰੇ ਨੂੰ ਕਦਰ ਹੁੰਦੀ ਆ ਬਾਈ, ਸੋਨੇ ਦੀ ਜਿਹਨੂੰ ਕਦਰ ਆ ਬਾਈ ਉਹ ਮੁੱਲ ਲਾਊਗਾ, ਠੀਕ ਹੈ ਨਾ ਗੱਲ, ਜਾਣ ਪ੍ਰਾਣ ਠੰਡੀ ਸੀਲ ਤੇ ਬਾਈ ਯਾਰ ਥਾਣਾ ਤਾਂ ਇੱਕ ਨੰਬਰ ਆ ਬਾਈ, ਕਹਿ ਦੇਣਾ ਮੱਝਾਂ ਵਾਲਾ ਤੁਹਾਨੂੰ ਓਰੀਜਨਲ, ਤੇ ਚੋਣ ਚਾਣ ਬੱਛੀ ਨੂੰ ਤੇ ਚਾਰੂ ਚੂਰੂ ਭਲਾ ਦੀ ਲੱਕੜਾਂ ਪਾ ਦੇ ਯਾਰ, ਸਹੀ ਗੱਲ ਆ, ਇੱਕ ਨੰਬਰ ਬਾਲੀ ਚਾਰੂ ਗਾਂ ਯਾਰ, ਜਿੰਨੀ ਵੀ ਕਹਦੇ ਬਾਈ, ਬਾਕੀ ਜਿਹੜੀ ਖਾਊਗੀ ਉਹੀ ਦਊਗੀ, ਕੱਦ ਕਾਟ ਦੇਖ ਬੈਠਦਾ ਬਾਈ, ਲੰਮੀ ਤੈਨੂੰ ਤੋੜ ਕੇ ਦਿਖਾ ਦਿੰਦਾ, ਪੈਰਾਂ ਪੂਰਾਂ ਦੀ ਲੰਬਾਈ ਚੜਾਈ ਫੇਸ ਕੁਆਲਿਟੀ ਇੱਕ ਨੰਬਰ ਹੋਊ ਬੱਚੀ ਦੀ, ਠੀਕ ਹੈ ਨਾ ਗੱਲ, ਖਰਾ ਬਾਈ 25-26 ਕਿਲੋ ਦੁੱਧ ਪਾਉਣ ਵਾਲਾ ਜਾਨਵਰ ਆ, ਕਹਿਣ ਵਾਲੀ ਗੱਲ ਨੀ ਹੋਊਗੀ, ਜਿਹੜੀ ਗੱਲ ਕਹੂੰਗਾ ਨਿਕਲਣੀ ਵੀਰੇ ਉਹੀ ਆ ਯਾਰ, ਹਾਂ ਬਾਈ, ਕੀ ਮੁੱਲ ਜਾਇਜ਼ ਮੁੱਲ ਡਾਕਟਰ ਕਰਾਉਣ ਨੂੰ ਤਾਂ ਭਲਾ ਦੀ ਯਾਰ 90-95 ਲੱਖ ਜਿੰਨਾ ਮਰਜ਼ੀ ਕਰਾ ਲਾ, ਠੀਕ ਹੈ ਨਾ, ਮੁੱਲ ਕਿਹੜਾ ਮਰਜ਼ੀ ਕਰਾ ਲਾ ਬਾਈ, ਅਗਲਾ ਮੁੱਲ ਵਾਲੇ ਪਾਸੇ ਹੋ ਜਾਣਾ, ਜਿਹੜੇ ਲੈਣ ਦੇ ਨਾ 70,000 ਰੁਪਇਆ ਗਿਣਨਾ ਬਾਈ, ਇਹਦਾ 70,000 ਦੀ ਵੱਛੀ ਦੇਣੀ ਕਰਾਉਣ ਨੂੰ ਬਾਈ, ਕਹਿੰਦਾ ਚਾਹੇ ਲੱਖ ਕਰਾ ਲਓ ਬਾਈ, 70,000 ਦੀ ਬੈਠ ਆ ਜਿਹੜੀ ਦੇ ਦਾਂਗੇ, ਹਾਂ ਬਾਈ, ਕਮਾਲ ਦਾ ਪਾਂਡਰ ਗੱਲ ਇਹ ਵਾ, ਮੈਂ ਕਹਿੰਦਾ ਇੱਕ ਨੰਬਰ ਹੋਊ ਬਾਈ ਯਾਰ, ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੁਆਲਿਟੀ ਬੈਠ ਦੀ ਬਹੁਤ ਜਾਣੀ, ਬਹੁਤ ਹੀ ਚੰਗੀ ਆ ਬਾਈ, ਪਿੰਡਾ ਇੰਨਾ ਬਰੀਕ ਲੱਗਿਆ ਨਾ, ਬਰੀਕ ਇੰਨਾ ਮਤਲਬ ਲੱਗਿਆ ਵਾ ਬਾਈ, ਸਰੀਰ ਇੰਨਾ ਬਰੀਕ ਆ ਨਾ ਬੈਡ ਨੂੰ, ਮਤਲਬ ਕਿ ਯਾਰ ਐ ਰੂਮ ਵਰਗਾ ਡਰਾ ਬਾਈ, ਦੇਖ ਬੈਡ ਦੀ ਸ਼ੇਡਿੰਗ, ਮੇਰੇ ਪਿੰਡ ਦੀ ਵਹਿੜ ਆ, ਇਹਨੂੰ ਆਪਣੇ ਘਰੇ ਆਈ ਨੂੰ ਸਿਰਫ ਹੀ 2 ਘੰਟੇ ਹੋਏ, ਠੀਕ ਹੈ ਨਾ ਗੱਲ, ਆਪਣੇ ਪਿੰਡ ਦਾ ਮੁੰਡਾ ਜਿਹੜਾ ਕਬੱਡੀ ਖਿਡਾਰੀ ਆ ਬਲਜੀਤ, ਸਾਰੇ ਬੰਦੇ ਜਾਣਦੇ ਹੀ ਆ ਗਏ, ਆਪਾਂ ਨੂੰ ਕੋਈ ਚੱਕਰ ਨੀ ਯਾਰ, ਆਪਾਂ ਲਈ ਆ ਹਨਾ, ਫੇਸ ਕੁਆਲਿਟੀ ਦੇਖ, ਐਰ ਸ਼ਹਿਰ ਆ, ਦੂਜਾ ਸੂਆ ਬੱਚੀ ਸੂਗੀ ਬਾਈ, ਪਹਿਲੇ ਸੂਏ ਨੇ 17-18 ਕਿਲੋ ਦੁੱਧ ਦਿੱਤਾ, ਕਹਿਣ ਨੂੰ ਐਵੇਂ 20-22 ਕਿਲੋ ਘਾਲਾ ਕੋਈ ਫਾਇਦਾ ਨੀ, ਪਿੰਡ ਚ ਬੰਦਾ ਪੜਤਾਲ ਕਰ ਸਕਦਾ, 17-18 ਕਿਲੋ ਦੁੱਧ ਦਿੱਤਾ, ਜਾਣ ਜਿੰਦ ਬਹੁਤ ਆ, ਰਾਜੀ ਪਲੀ ਸੋਹਣੀ ਸੁਨੱਖੀ ਬਹੁਤ ਆ, ਠੀਕ ਹੈ ਨਾ, ਆਪਣੇ ਪਿੰਡ ਦੀ ਬੱਚੀ ਆ ਬਾਈ, ਦੂਜੇ ਸੂਏ ਸੂਗੀ, ਦੂਜਾ ਸੂਆ ਸੁਣਦੀ ਆ, ਫੇਸ ਬੜਾ ਪਿਆਰਾ, ਆਰਡਰ ਬਹੁਤ ਚੰਗਾ ਬਾਈ, ਕੱਚੀ ਜ਼ਰੂਰ ਆ ਹਨਾ, ਹਜੇ ਹਾਏ ਵੀਰੇ ਕੱਚੀ ਹੈਗੀ ਹੈਗੀ, ਇਹਦੇ ਮੰਨ ਕੇ ਚੱਲ ਹਜੇ ਨਾ, ਅੱਜ ਤਰੀਕ ਹੋ ਗਈ, ਮਤਲਬ 25 ਤਰੀਕ ਹੋ ਗਈ, ਇਹਦੇ 28-29 ਤਰੀਕ ਨੂੰ ਦਿਨ ਪੂਰੇ ਹੁੰਦੇ ਹੈਗੇ, ਠੀਕ ਹੈ ਨਾ ਗੱਲ, ਮਤਲਬ 1-2 ਦਿਨ ਲੈ ਵੀ ਸਕਦੀ ਹੈ, ਬਾਕੀ ਵਧੀਆ ਲੇਵਾ, ਜਿੰਨਾ ਵੀ ਸਟਾਰਟਿੰਗ ਮੱਛੀ ਦੀ ਬਹੁਤ ਸੋਹਣੀ ਹੈਗੀ, ਮਤਲਬ ਲੈ ਜੂਗੀ, ਜਿੰਨਾ ਲੇਵਾ ਕਰੂਗੀ ਸੋਹਣਾ ਕਰੂ, ਉਹ ਠੰਡੀ ਤੀਰੀ ਬਹੁਤ ਆ ਬਾਈ, ਬਿਮਾਰ ਆਪਣਾ ਕੋਈ ਚੱਕਰ ਹੀ ਨੀ ਆ, ਡਾਕਟਰ ਪਾਉਂਦੀ ਯਾਰ, ਐਂ ਤਾਂ ਰੰਗ ਬਣਗਾ ਮਰੀ ਚੱਲ, ਇਹ ਯਾਰ ਤੇਰੀ ਕਹਿੰਦੀ ਕੁਛ ਲੈ ਯਾਰ, ਥਾਣ ਥੂਣ ਬਹੁਤ ਚੰਗਾ ਬਾਈ, ਇੱਕ ਨੰਬਰ ਹੋਊਗੀ, ਬਹੁਤ ਚੰਗੀ ਵੱਛੀ ਆ, ਠੰਡੀ ਸੀਲ ਦੇ ਅੰਤ ਮੁੱਕੇ ਪਏ ਆ, ਠੀਕ ਹੈ ਨਾ, ਜਾਣ ਜੂਣ ਬਹੁਤ ਆ, ਕੋਈ ਛੋਟੀ ਨੀ, ਬੰਦਾ ਇਹ ਨਾ ਕਹੇ ਪਤਾ ਨੀ ਵੀ ਛੋਟੀ ਹੋਊਗੀ, ਜਾਣ ਜੂਣ ਬਹੁਤ ਆ ਵੱਛੀ ਦੇ ਵਿੱਚ, ਕੀ ਮੁੱਲ ਆ ਫਿਰ ਕੱਚੀ ਦਾ, ਡਾਕਟਰ ਜੇ ਤਾਂ ਕੱਚੀ ਦਾ ਮੁੱਲ ਕਰਾਉਣਾ ਤਾਂ ਯਾਰ ਜਿਹੜਾ ਮਰਜ਼ੀ ਕਰਾ ਲਾ, ਠੀਕ ਹੈ ਨਾ ਯਾਰ, ਮੁੱਲ ਕਰਾਉਣ ਨੂੰ ਤਾਂ ਬਾਈ 60-62 ਹਜ਼ਾਰ ਕਰਾ ਲਾ, ਜਿਹੜੇ ਬਾਈ ਪੈਸੇ ਜਿਵੇਂ ਜਿਸਨੋਂ ਵਾਲੇ ਗਿਆ 57,000 ਰੁਪਇਆ ਲੈਣਾ, ਠੀਕ ਆ, ਮਾਨਦਾਨ ਹੋ ਜੀ, ਹਾਂ 57,000 ਚੋਂ ਮਾਨਦਾਨ ਕਰਾਂਗੇ ਬਾਈ, ਹੁਣ ਇਹ ਜੀ ਬੈਠਾ 57,000 ਰੁਪਇਆ ਮੰਗ ਕੇ ਯਾਰ, ਅਸੀਂ ਕੌਣ ਦੇ ਦੂ 57,000 ਇਹ ਜੀ ਬੱਚੀ, ਗੋਲੇ ਵਰਗਾ ਜਾਨਵਰ ਆ ਬਾਈ, ਘਰੇਲੂ ਬੰਦਾ ਵੀ ਲੈ ਲੂਗਾ, 57,000 ਰੁਪਇਆ ਮੁੱਲ ਆ, ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਬਣੇ, ਕੱਚੀ ਕੱਚੀ ਆ, ਰਾਜੀ ਰੂਜੀ ਫੁੱਲਾਂ ਦੇਣ ਲੈਂਦੀ ਆ, ਆਰਡਰ ਕਰਮ ਵਾਲੀ ਨੇ ਸੋਹਣਾ ਤਿਆਰ ਕਰ ਲੈਣਾ, ਮੁੱਲ ਫੇਸਬੁੱਕ ਵੀ ਬਹੁਤ ਸੋਹਣਾ ਬੈਠਦਾ, ਸਹੀ ਆ ਬਾਈ, ਠੰਡੀ ਧੀਰੀ ਆ, ਓਕੇ ਰਿਪੋਰਟ ਐ ਭਜਾ ਲੈ, ਕੋਈ ਚੱਕਰ ਨਹੀਂ, ਮੈਂ ਕਹਿੰਦਾ ਬਾਈ ਜਿਹੜੀ ਵੇਲੇ ਮਰਜ਼ੀ ਭਜਾ ਯਾਰ, ਮੈਂ ਬੈਠਾ ਰਿਹਾ ਪੈਰਾਂ ਬੁਰਾ ਮਨਾ ਸ਼ੁੱਧ ਹੋਊਗੀ, ਅਜੇ ਲੇਵਾ ਬਾਈ ਬੈਠਣੇ ਹੋਰ ਕਰਨਾ, ਇੱਥੋਂ ਸਟਾਰਟਿੰਗ ਸ਼ੁਰੂ ਹੋਈ ਹੈ ਲੇਵੇ ਦੀ, ਲੈ ਸਹੀ ਗੱਲ।
ਬਹੁਤ ਸੋਹਣਾ ਨਾਗ ਸੀਗੇ ਭਰਾ ਕੋਲੇ ਤਿੰਨ ਆ ਦੋ ਨੰਬਰ ਬੈਡ ਬਹੁਤ ਚੰਗੇ ਲੇਵਲ ਵਾ ਬੜਾ ਕਮਾਲ ਦਾ ਬੈਡ ਆ ਵੀ ਚੰਗੀ ਆ ਭਾਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਏ ਬਾਈ ਨੈਕ ਮੈਚ ਕਰ ਲਿਓ ਜੀ ਧੰਨਵਾਦ।